ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਹਾਂਜੀ ਇਸ ਵੇਲੇ ਦੀ ਵੱਡੀ ਖਬਰ ਸਾਡੇ ਸਾਹਮਣੇ ਆ ਰਹੀ ਹੈ ਕਰਲੋ ਕਯੋਨੂ ਪੰਡਾ ਐਂਡਾ ਪਿੰਡਾ ਚ ਹੋ ਰਹੀ ਸੀ ਹਫੀਮ ਦੀ ਖੇਤੀ ਪੁਲਿਸ ਨੇ ਕੀਤੀ ਨਸ਼ਟ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹਨੇ ਜਰੂਰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਤੋ ਵਾਲਾ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਹੁਣ ਇਹਨਾਂ ਪਿੰਡਾਂ ਚ ਹੋ ਰਹੀ ਸੀ ਆਫੀਮ ਦੀ ਗੇਤੀ ਜਿੱਤੇ ਪੁਲਿਸ ਨੇ ਨਸ਼ਟ ਕਰ ਦਿੱਤੀ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜੰਮੂ ਕਸ਼ਮੀਰ ਵਿੱਚ ਪੁਲਵਾਮਾ ਖੇਤਰ ਤੋਂ ਸਾਹਮਣੇ ਦਿੱਤੀ ਗਈ ਸਾਰਨਦੀ ਆਫੀਮ ਦੀ ਕੀਤੀ ਗੈਰ ਕਾਨੂੰਨੀ ਤੇ ਕਸਟਮ ਕਮਰਚੀ ਲੇਟ ਪੁਲਿਸ ਅੰਮ੍ਰਿਤ ਸਰ ਦੀ ਟੀਮ ਨੇ ਕਮਿਸ਼ਨਰ ਕਸ਼ਮੀਰ ਕਾਟੀ ਦੇ ਪੁਲਵਾਮਾ ਇਲਾਕੇ ਵਿੱਚ ਗੈਰ ਕਾਨੂੰਨੀ ਫੀਮ ਦੀ ਨਸ਼ਟ ਕਰ ਦਿੱਤਾ ਹੈ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੁਲਵਾਮਾ ਵਿੱਚ ਵੱਖ-ਵੱਖ ਥਾਵਾਂ ਤੇ ਅਫੀਮ ਦੀ ਖੇਤੀ ਨਸ਼ਟ ਕਰਕੇ ਖੇਤ ਮਾਲਕਾਂ ਵਿਰੁੱਧ ਐਨਡੀਪੀਐਸ ਐਕਟ ਦੇ ਤਹਿਤ ਐਫਆਰਆਈ ਦਰਜ ਕਰ ਲਈ ਗਈ ਹੈ ਇਹ ਕਾਰਵਾਈ ਕਸਟਮ ਕਮਿਸ਼ਨਰ ਸ਼੍ਰੀ ਕੁਮਾਰ ਰਾਹੁਲ ਨਾਗਰੇ ਅਤੇ ਸੰਯੁਕਤ ਕਸ਼ਮੀਰ ਬਲਵੀਰ ਸਿੰਘ ਮੰਗੜ ਦੀ ਅਗਵਾਈ ਹੇਠ ਕੀਤੀ ਗਈ ਕਸਟਮ ਕਮਿਸ਼ਨਰ ਰਾਹੁਲ ਨਾਗਰੇ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕਸ਼ਮੀਰ ਕਾਟੇ ਦੇ ਪੁਲਵਾਮਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਆਫੀਮ ਦੀ ਗੈਰਕਾਨੂੰਨੀ ਖੇਤੀ ਕੀਤੀ ਜਾ ਰਹੀ ਹੈ ਜਾਂ ਦੌਰਾਨ ਪਤਾ ਲੱਗਾ ਹੈ ਕਿ ਪੁਲਵਾਮਾ ਦਿਨ ਆਂਦੇ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਗੈਰਕਾਨੂੰਨੀ ਢੰਗ ਨਾਲ ਆਫੀਮ ਦੀ ਖੇਤੀ ਕੀਤੀ ਜਾ ਰਹੀ ਸੀ ਖਬਰ ਲਾਸਤ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ